आपने मुझसे वादा किया था कि आप मुझे नोटंकी दिखाएंगे वो दिखाएं प्लीज सर नोटंकी नहीं हमारा स्किट होता है बाकायदा पर्पजफुल होता ये है पर्पज स्किट ये तो आपने नाम रखे हैं <laughs> ऐसे तो ये नोटंकी होती अब है आज के स्किट में दिखाएंगे आपको मौला जाट और नूरी नाथ अब, हुँ, अब हुँ, देखें मौला जाट हो या नूरी नातो आखर उनकी शादी हो जाती है और जब उनकी शादी हो जाती है तो फिर मौला जाट, जाट नहीं रहता नूरी नत नहीं रहता नात नात नट नात ना ਡਾ 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 ਓਏ ਜੱਟਾ ਮੈਂ ਤੇ ਸੁਣਿਆ ਸੀ ਕਿ ਤੇਰੇ ਸਿਰ ਦੇ ਉੱਤੇ ਪੰਜੀਆਂ ਪਿੰਡਾਂ ਦੀ ਪੱਗ ਟੁੱਟ ਪੈਣੀਆ ਪਰ ਤੂੰ ਤੇ ਸਾਡਾ ਨਾਂ ਹੀ ਡੋਬ ਦਿੱਤਾ ਏ ਤੇਰੇ ਸਿਰ ਦੇ ਉੱਤੇ ਤੇ ਹੁਣ ਕੱਪੜੇ ਧੋਣ ਵਾਲੀ ਪੰਡ ਏ ਤੈਨੂੰ ਪਤਾ ਨਹੀਂ ਮੌਲਾ ਜੱਟ ਚ ਕਿੰਨੀ ਤਾਕਤ ਏ ਇੱਕੋ ਹੀ ਸਾਜ ਸਾਰੀਆਂ ਪੰਡਾਂ ਧੋਵਾਂਗਾ ਮੈਂ ਤੇ ਆਪ ਚਾਨਸਾਂ ਟੁੱਟ ਪੈਣੀਆ ਕਿ ਪੰਜਾਬ ਦੇ ਵਿੱਚ ਕੋਈ ਅਜਿਹਾ ਜਵਾਨ ਲੱਭੇ ਜਿਹਦੇ ਖੌਫ ਤੋਂ ਨੂਰੀ ਨਤ ਸਾਰੀ ਸਾਰੀ ਰਾਤ ਜਾਗੇ ਜਵਾਨ ਤੇ ਨਹੀਂ ਲੱਭਿਆ ਤੇਰੀ ਪਰਜਾਈ ਲੱਭ ਗਈ ਟੁੱਟ ਪੈਣਿਆ ਜਿਹਦੇ ਖੌਫ ਤੋਂ ਸਾਰੀ ਰਾਤ ਕਪੜੇ ਧੋਣਾ ਤੇ ਸਵੇਰੇ ਉੱਠ ਕੇ ਬਰਤਨ ਮਾਂਜਣਾ ਹੰਡੀਆਂ ਪਕਾਉਣਾ ਵਾ ਸਬਜ਼ੀ ਲੈ ਕੇ ਆਉਣਾ ਵਾ ਹੱਲਾ ਸਜਣਾ ਪਾ ਤੇਰਾ ਕੀ ਖਿਆਲ ਹੈ ਨੂਰੀ ਮੌਲਾ ਇੱਥੇ ਵਹਿਲਾ ਬਿਠਾਏ ਅੱਜ ਦਾਲ ਚੁਗਾਉਂਗਾ ਓਏ ਜੱਟਾ ਕੀ ਓਏ ਏਸ ਤੋਂ ਪਹਿਲੇ ਕਿਉਂ ਟੁੱਟਪੰਡੀਆਂ ਆ ਕੇ ਸਾਡੇ ਸਿਰਾਂ 'ਚ ਸਲੀਪਰ ਮਾਰਨ ਫਟਾਫਟ ਆਪਣੇ ਆਪਣੇ ਹਿੱਸੇ ਤੇ ਕੰਮ ਮੁਕਾ ਲੈ ਅੱਜ ਮੋਲਾ ਜੱਟ ਦਾਲ ਚੋ ਰੋੜ ਇੰਜ ਚੁਕੇਗਾ ਜਿਵੇਂ ਦੋਸਤਾਂ ਚੋਂ ਦੁਸ਼ਮਣ ਚੱਕ ਚੱਕ ਕੇ ਬਾਹਰ ਸੜਦਾ ਏ ਆਏ 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 ਬਵਰਚੀ ਲੱਗਾ ਏ ਸੋਨਿਆ ਤੂੰ ਕਿਦੋਂ ਐਸਪੀ ਲੱਗਾ ਏ ਸੋਨਿਆ ਗੱਲ ਸੁਣੋ ਜੱਟਾ ਈ ਤੇਰੇ ਮੇਰੇ ਕੰਮ 'ਚ ਬੜਾ ਫਰਕ ਏ ਤੂੰ ਸਸਤੀਆਂ ਦਾਲਾਂ ਚੁਗਣ ਵਾਲਾ ਐ ਤੇ ਮੈਂ ਅੱਜ ਪਿਆਜ਼ ਬਣਾਵਾਂਗਾ ਪਿਆਜ਼ ਤੇ ਮਹਿੰਗਾ ਹੋਣਾ ਹੀ ਸੀ ਐਂਕਰ ਜੂ ਪਿਆਜ਼ ਵਾਲੇ ਲੱਗ ਗਏ ਨੇ ਓਏ ਛੱਟਾ ਏ ਓਏ ਅੱਜ ਵੇਖੀ ਜ਼ਮਾਨਾ ਇੱਕ ਅਜੀਬੋ ਗਰੀਬ ਮੰਜ਼ਰ ਵੇਖੇਗਾ ਟੁੱਟ ਪੈਣਿਆ ਨੂਰੀ ਨੱਥ ਆਪਣੀ ਘਾਡੀ ਦੇ ਨਾਲ ਐਸ ਪਿਆਜ਼ ਦੇ ਉੱਤੇ ਸੱਟ ਮਾਰੇਗਾ ਟੱਕ 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 ਤੇ ਅੰਸੂ

लसन कट के तेरे सामने रख दिया है, उन हांडी पकानी है। नूरी ना तो अन्ना नहीं हो गया क्यो? देखो तो प्याज रोल दता है आपने राई दी बारी फिर ਇਨੂੰ ਪਤਾ ਹੈ ਮੇਰੇ ਵਿਰਾ ਆਵਣਾ 100 ਪਿੰਡਾਂ ਦਾ ਸਰਪੰਚ ਉਸ ਇਸ ਤੇਰੇ ਪਿਆਸ ਤੇ ਲਸਣ ਨਾਲ ਰੋਟੀ ਖਾਵਣੀ ਹੈ ਨਾ 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 ਐਸੀ ਗੱਲ ਨਾ ਕਰੀ ਇੱਦਾਂ ਚ ਵੀ ਗਲਤੀ ਤੇਰੇ ਪ੍ਰਾਧ ਹੀ ਹੈ ਤੇਰੇ ਪ੍ਰਾਨ ਕਿਵੇਂ ਪੁੱਛ ਤੂੰ ਕਸੂਰ ਤੂੰ ਆਵਾਂਗਾ ਤੇ ਤੇਰੇ ਵਾਸਤੇ ਥੋੜੀ ਜੀ ਕਸੂਰੀ ਮੇਥੀ ਲੈ ਕੇ ਆਵਾਂਗਾ ਉਹ ਹੁਣ ਮੇਥੀ ਨਹੀਂ ਆਇਆ ਤੇ ਮੈਂ ਕੀ ਕਰਾਂ ਆਪਣੀਆਂ ਹਰਕਤਾਂ ਤੂੰ ਬਾਹ ਸਾਬੇ ਤੇਰੀ ਇੱਕ ਧੋਣੇ ਚ ਰੱਖਣੀ ਹੈ ਸਿੱਧੋ ਕੇ ਬੜਾ ਸਾਲਾ ਤੂੰ ਨਹੀਂ ਤੌਣ ਤੇ ਮਾਰੀ ਹੈ ਤੇ ਮੈਨੂੰ ਬੜੀ ਪੀੜ ਹੋਈ ਹੈ ਤੇਰੇ ਮਾਰਨ ਦਾ ਦੁੱਖ ਨਹੀਂ ਲੱਗਦਾ ਜੁਨੇਦ ਭਾਈ ਮਾਰਨ ਤੋਂ ਬਾਅਦ ਐਸਰੇ ਐਸਰੇ ਨਹੀਂ ਕਰਨ ਦੇਂਦੇ ਬਹੁਤ ਹੀ ਮਾਰ ਖਾਂਦਾ ਹੈ ਆਪਣੀ ਬੁੱਢੀ ਕੋਲ ਨਹੀਂ ਟੁੱਟ ਪੈਣਿਆ ਤੂੰ ਤੇ ਉਹਦੇ ਕੋਲੋਂ ਗਾਜਰ ਦਾ ਹਲਵਾ ਖਾਣਾ ਹੈ ਮੈਂ ਤੇ ਜਵਾਨਾ ਬਹੁਤ ਹੀ ਤਨਹਾਈ ਮਹਿਸੂਸ ਕਰ ਰਿਹਾ ਕਿੱਥੇ ਰਹਿ ਗਈਆਂ ਪਾਗਾ ਵਾਲੀਏ ਇੱਥੇ ਆ ਤੇਰੇ ਜਿਹੜੇ ਦੰਦ ਨਿਕਲਣ ਟੈ ਨਾ ਕਹਿੰਦੇ ਤੂੰ ਵੇਖੰਦੀਆਂ ਮੈਂ ਬੋਤਾ ਮਾਰੀ ਨਾ ਦਾਲ ਚੁਗ ਲਈ ਏ ਦਾਲ ਘਟ ਚੁੱਕੀ ਏ ਤੇ ਖਿਲਾਰਾ ਬੋਤਾ ਪਾਤਾ ਰਾਤ ਹੋ ਗਈ ਏ ਤੇ ਖਾਣ ਪੀਣ ਦਾ ਇੰਤਜ਼ਾਮ ਨਹੀਂ ਕਰਨਾ ਕਿਸੇ ਨੇ ਬੀਜੀ ਮੈਂ ਤੇ ਕਹਿਣਾ ਵਾ ਕਿ ਇਸ ਟੁੱਟ ਪੈਣ ਨੂੰ ਇਹਨਾਂ ਕਲਵਾ ਦਿਓ ਬੰਦਾ ਬਾਹਰ ਰੋੜੇ ਸੁੱਟਦਾ ਇਹਨੇ ਦਾਲ ਸੁੱਟੀ ਰੋੜੇ ਅੰਦਰ ਪੈਣ रहा हूँ की आप दोनों के पास तो चलो गंडासा और कुलाड़ा है अगर खुदा न खास्ता आपकी बेगवाद के हाथों में भी कोई हथियार होता शुक्र करो की वो नहती है असि का ਐ ਵੇ ਕਸੀ ਬਾਰਾ ਬਾਰਾ ਬੋਰਦੀ ਜੁੱਤੀਆਂ ਕਾਦੇ ਲਈ ਪਾਈਆਂ ਐਨਾਂ ਲਈ ਪਾਈਆਂ ਸੋਹਣਿਆ ਤੈਨੂੰ ਤੇ ਤਨਖਾਹ ਮਿਲਦੀ ਚੰਗੀ ਪੱਲੀ ਐਂਕਰੀ ਦੀ ਇੱਥੇ ਬਹਿ ਕੇ ਪਰਜਾਈਆਂ ਤੇ ਨਾਨਾ ਵਾਲੀ ਹਰਕਤਾਂ ਕਰੋ ਲੱਗ ਪਿਆ ਔਰ ਤੇਰੀ ਇਤਲਾਵਾ ਸਿਰ ਤੇ ਜੁਆਨਾ ਇਹ ਕੁਆੜੀ ਹੁਣ ਅਸੀਂ ਇਸ ਤਰ੍ਹਾਂ ਸਰਨੇ ਚਲਾਉਂਦੇ ਖੁਰੇ ਚ ਕੱਪੜੇ ਰੱਖ ਕੇ ਸਰਫ ਪਾ ਕੇ ਇੰਜਨ ਜਿ ਧੋਨੇ ਆ ਆ ਵਸੀਮ ਅਕਰਮ ਸੇ ਕੰਮ ਤੋਂ ਨਾ ਹੋਏ ਫਿਰ ਆ ਜੇ ਅੱਦੇ ਕੈਂਟੇ ਚ ਹਾਂਡੀ ਤਿਆਰ ਨਾ ਹੋਈ ਤੇ ਮਸਾਲਾ ਉੱਤੇ ਥੱਲੇ ਹੋਇਆ ਤੂੰ ਤੇ ਮੇਰੇ ਮਾਂ ਵੀ ਉਹਨੂੰ ਪਸੰਦ ਨਾ ਆਇਆ ਤੇ ਅੱਜ ਪੂਰਾ ਇਲਾਕਾ ਤੇਰਾ ਤਮਾਸ਼ਾ ਵੇਖੇਗਾ ਜੱਟਾ ਜੱਟ ਕਹਿ ਕੇ ਮੇਰਾ ਮਾਣ ਰੱਖ ਲਈ ਮਟਿਆਰੇ ਤੇ ਰਹੀ ਗੱਲ ਹਾਂਡੀ ਦੀ ਓ ਤੇਰਾ ਜਦ ਤਿੰਨੀ ਮਿੰਟੀ ਵਜਾ ਦੇਗਾ ਇਸ ਘਰ ਚ ਪਾਂਡੇ ਹੁਣ ਤੇ ਖੜਕਦੇ ਹੀ ਨੇ ਤੇ ਜਦੋਂ ਪਾਂਡੇ ਖੜਕਣ ਤੇ ਮੇਰੇ ਸਟੈਪ ਨਹੀਂ ਰੁਕਦੇ ਜਵਾਨਾ ਬਹੁਤੇ ਦੰਦ ਨਾ ਕਾਢੇਂ ਕਰਾ ਇਹ ਹਲਾਤ ਦੀ ਮਜਬੂਰੀ ਤੇ ਬੇਗਮ ਦੀ ਪਸੂੜੀ ਏ ਐ ਗੰਡਾ ਸਾਹ ਪਹਿਲੇ ਲੜਾਈ ਵਾਲਾ ਸੀ ਹੁਣ ਕੜਾਈ ਵਾਲਾ ਹਾਲਾਤ ਕਿਸੇ ਵੇਲੇ ਵੀ ਕੁਝ ਕਰ ਸਕਦੇ ਨੇ ਸੋਣਿਆ ਇਸ ਕੋਆਰਡੀਨੇਟ ਪਹਲੇ ਮੈਂ ਸਿਰ ਲਾਨਾ ਸਾਂ ਹੁਣ ਵੱਡੀ ਇਤੇ ਸਰੀਆਂ ਬਣਾਉਣਾ ਯਾਰੇ ਬੁੱਢੀ ਥਲੇ ਕਿਉਂ ਲੱਗੇ ਨੇ ਆਪ ਵੀ ਪੁੱਛ ਰਹੇ ਨਹੀਂ ਸਹੀ ਲੱਗੇ ਵੇ ਨੱਤਾ ਐ ਚੁੱਕ ਪਿਆਸ ਦੇ ਚਮਚੇ ਸਾਈਡ ਤੇ ਕਰ ਮੇਰਾ ਰਸਤਾ ਕਲੀਅਰ ਕਰ ਮੇਲੀ ਖਲੋਤੀ ਏ ਬੰਦੇ ਕੋਲੋਂ ਕੰਮ ਕਰਾਈ ਜਾ ਰਹੀ ਏ ਥੋੜਾ ਜਿਹਾ ਹੱਥ ਵੰਡਾ ਦੇ ਐ ਗੰਡਾ ਚੁੱਕ ਕੇ ਕੱਟ ਕੇ ਦੇ ਦੇ ਕੋਈ ਮੌਤ ਨਹੀਂ ਪੈ ਜਾਗੀ वेबे शर्मा तू बीवी کولو हांडी पकवाएगा किथे गई तेरी गैरत किथे गई तेरी ताकत चौक सारा सामान ते पका हांडी मैं ते बोली गया सा के औरतों को काम कराना बड़ा सख़्त गुनाह होता है चटा मेरे नाल नाल काम कर इस तरह दोवां दी बेइज्जती नहीं होएगी अपने काम माफ कर जवाना मैं ते मंजियां इकट्ठियां करने लगा तू ਤੇਰੇ ਹਾਲਾਤ ਤੇ ਜ਼ਿਆਦਾ ਖਰਾਬ ਹੋ ਗਏ ਨੇ ਮਰਨੀਆਂ ਤੈਨ ਤੇ ਆਪਣੇ ਮਿਊਜ਼ਿਕ ਵੀ ਆਪ ਵਜਾਣਾ ਪੈਂਦਾ ਹੈ ਡਾਂ 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 ਪਰੇ ਹੋ ਜਾ ਤਪੜੀ ਮਾਰਨ ਲਗਾਵਾ ਚੂ ਐ ਜੱਟ ਦੀ ਤਾਕਤ ਐ ਇੱਕ ਮਿੰਟ ਚ ਪੂਰਾ ਵਿੜਾ ਸਾਫ ਕਰਤਾ ਐ ਐਹੀ ਤਾਂ ਤੇਰੀ ਤਾਕਤ ਤੇ ਮੈਨੂੰ ਮਾਣ ਐ ਜੱਟਾ ਪੰਜਾਬ ਦੀ ਧਰਤੀ ਤੇ ਕਿਸੇ ਮਾਣ ਐ ਤੇਰੇ ਵਰਗਾ ਬਾਲ ਨਹੀਂ ਜੰਮਿਆ ਜਿਹੜਾ 2.5 ਮਿੰਟਾਂ 'ਚ ਪੂਰਾ ਘਰ ਸਾਫ਼ ਕਰ ਦੇਵੇ। ਚੁੱਪ ਕਰ ਨਹੀਂ ਤੂੰ ਭੁੱਲ ਗਈ ਐ। ਮਾਂ ਨੇ ਇੱਧਰ ਵੀ ਇੱਕ ਜਮਿਆ ਐ ਜਿਹੜਾ 50 ਮਿੰਟਾਂ 'ਚ 50 ਕੱਪੜਿਆਂ ਦੀਆਂ ਗੱਡੜੀਆਂ ਧੋ ਦਿੰਦਾ ਐ। ਗੱਲ ਤੇ ਤੂੰ ਵਧੀਆ ਕੀਤੀ ਐ ਲੇਕਿਨ ਟੋਟਲ ਬੇਇੱਜ਼ਤੀ ਸੀ ਇਹਦੇ ਵਿੱਚ। ਸਾ ਤੇ ਮੀ ਪੈਨਲ ਐ ਜਾ ਕੇ ਕੱਪੜੇ ਲਾ ਕੇ ਲਿਆ। ਅੱਜ ਮੈਂ ਨਹੀਂ ਲਾਉਣੇ। ਲੈ ਕਿ ਤੇਰੀ ਬੇਬੇ ਵੀ ਹੈ ਤੂੰ ਗਾਣੇ ਕੀ ਮਣੀ। ਯਾਰ ਜੱਟ ਦੀ ਬੇਗਮ ਬਹੁਤ ਜ਼ਾਲਮ ਐ। ਹੈ ਤੇ ਜੁੱਤੀ ਨਾ ਵੀ ਮਾਰੇ ਉਂਗਲ ਨਾ ਮਾਰ ਸਕਦੀ ਹੈ ਭਾਬੀ ਜੀ ਕਿ ਛੋਟੀ ਜੀ ਦਰਖਾਸਤ ਕਰਨੀ ਸੀ ਇਹ ਜੁੱਤੀਆਂ ਵਾਲਾ ਕੰਮ ਜਿਹੜਾ ਅੰਦਰ ਜਾ ਕੇ ਕਰਿਆ ਕਰੋ ਇਸ ਤਰ੍ਹਾਂ ਦੀਏ ਨਾਲ ਦੀਆ ਜਲਦਾ ਹੈ ਖਰਬੂਜ਼ਾ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ ਨੂਰੀ ਨੂਰੀ ਆ ਜਾ ਨੂਰੀ ਆ ਜਾ ਨੂਰੀ ਨੂਰੀ ਮੇਰੇ ਪਲਾਟ ਤੇ ਸ਼ਰੀਕਾ ਨੇ ਕਬਜ਼ਾ ਕਰ ਲਿਆ ਟੁੱਟ ਪੈਣਿਆ ਮੈਂ ਕੋਈ ਪਿਆਸ ਤੇ ਨਹੀਂ ਕੱਟ ਰਿਹਾ ਮੈਂ ਤੇ ਬੰਬ ਬਣਾ ਰਿਹਾ ਤੇ ਬੰਬ ਦੇ ਵਿੱਚ ਥੋੜਾ ਪਿਆਜ਼ ਪੈ ਜਾਣਾ ਤੇ ਬੜਾ ਟੇਸਟੀ ਹੋ ਜਾਂਦਾ ਹੈ ਟੇਸਟੀ ਵੀ ਹੋ ਜਾਂਦਾ ਹੈ ਔਰ ਖੂਨ ਕੇ ਜ਼ਾਦ ਅंसू ਵੀ ਨਿਕਲਦੇ ਦੁਸ਼ਮਣ ਰੋ ਰੋ ਕੇ ਮਰਦਾ ਏ ਤੇਰੀ ਮਿਹਰਬਾਨੀ ਨੂਰੀ ਮੇਰੇ ਨਾਲ ਚੱਲ ਤੇ ਸ਼ਰੀਕਾਂ ਦੀਆਂ ਲਤਾਂ ਲਾ ਦੇ ਤੇ ਬਸ ਤੂੰ ਜਾ ਜਾ ਕੇ ਪਲਾਟ ਤੇ ਦੁਸ਼ਮਣਾਂ ਨੂੰ ਧਿਆਨੇ ਲਾ ਤੇ ਨੂਰੀ ਦੇ ਸਿਰਫ ਦੋ ਬੰਬ ਰਹਿ ਗਏ ਨੇ ਤੇ ਛਿਲ ਕੇ ਆ ਰਿਹਾ ਹਾਂ ਅੰਜਾ ਬੰਬ ਛਿਲ ਕੇ ਆ ਹੁਣ ਮੈਨੂੰ ਇਹ ਦੱਸ ਨੂਰੀ ਬਾਦਸ਼ਾਹ ਤੋਂ ਕਬਜ਼ਾ ਲੈਣਾ ਜਾਂ ਉਹਨਾਂ ਵਾਸਤੇ ਸਾਲਣ ਲੈ ਕੇ ਜਾਣਾ ਖਿਰਦ ਦੋ ਘੰਟੇ ਦਾ ਟਾਈਮ ਦੇ ਦੇ ਮੈਨੂੰ ਟੁੱਟ ਪੈਣਿਆ ਐ ਕਸੂਰ ਵਾਲੇ ਭਾਈ ਜਨ ਦੋ ਘੰਟੇ ਬਾਅਦ ਚਲੇ ਜਾਣਗੇ ਨਾ ਵੇ ਨੱਤਾ ਅੱਜ ਤੋਂ ਬਾਅਦ ਦਾ ਕੋਈ ਆਡਰ ਨਹੀਂ ਫੜਨਾ ਇਸ ਤੋਂ ਬਾਅਦ ਤੂੰ ਕੱਪੜੇ ਧੋਣਨ ਕਰ ਦੇ ਨਾ ਭਾਜੀ ਤੇਰੀ ਮਿਹਰਬਾਨੀ ਮੇਰਾ ਪਲਾਟ ਆ ਮੈਂ ਤੇ ਹਜੇ ਉਹਦੀਆਂ ਕਿਸ਼ਤਾਂ ਵੀ ਛਾੜਾ ਕਿੰਨੀਆਂ ਦੇਣੀਆਂ ਕਬਜ਼ਾ ਹੋ ਗਿਆ ਥੋੜੀ ਜੀ ਇਜਾਜ਼ਤ ਦੇ ਦਿਓ ਅੱਜ ਮੈਂ ਕੱਪੜੇ ਧੋਣ ਦੀ ਬਜਾਏ ਬਾਹਰ ਜਾ ਕੇ ਦੋ ਤਿੰਨ ਬੰਦੇ ਧੋਆਵਾ ਵੈਸੇ ਵੀ ਮਸ਼ੀਨ ਦਾ ਲਾਟੂ ਖਰਾਬ ਏ ਚਲਦੀ ਨਹੀਂ ਪਈ ਮੌਲਾ ਜੱਟ ਬਾਦਸ਼ਾਹ ਬੋਲਾ ਜੱਟ ਬਾਜਾਣ ਤੂੰ ਹੀ ਰਹਿ ਗਿਆ ਤੇਰੀ ਮਿਹਰਬਾਨੀ ਮੇਰੇ ਨਾਲ ਕੱਲ ਮੇਰਾ ਪਲਾਟ ਮੈਨੂੰ ਵਾਪਸ ਲੈ ਦੇ ਤੇਰੇ ਨਾਲ ਚਲਾਤੇ ਜਾਵਾਂ ਉੱਤੇ ਦੁਸ਼ਮਣ ਖੜੇ ਨੇ ਜੁਨੇਦ ਬਾਉ ਤੋਂਨੇ ਕਿ ਗੱਲ ਦੱਸਦੇ ਆ ਦੁਨੀਆ ਤੇ ਬੰਦਾ ਆਪਣੀ ਜਵਾਨੀ ਚ ਬੜੇ ਬੜੇ ਵੈਰ ਵਿਆੰਦਾ ਹੈ ਹਾਂ ਕਦੀ ਇੱਥੇ ਲੜ ਕਦੀ ਉੱਥੇ ਲੜ ਹਾਂ ਕਦੀ ਉੱਥੇ ਭੜ ਕਦੀ ਇੱਥੇ ਭੜ ਹਾਏ ਲੇਕਿਨ ਫਿਰ ਇੱਕ ਦਿਨ ਐਸਾ ਆ ਜਾਂਦਾ ਹੈ ਹਾਂ ਬੰਦਾ ਘੋੜੀ ਚੜ ਜਾਂਦਾ ਹੈ ਤੇ ਵਿਆਹ ਹੋ ਜਾਂਦਾ ਹੈ ਹਾਏ ਤੇ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਨਾ ਹਾਏ ਪੇਰੇ ਸਾਰੇ ਪਿਆਜ਼ ਕੱਟਣੇ ਪੈਣੇ ਨੇ ਤੇ ਇਹਦੀਆਂ ਪਗੜੀਆਂ ਪੈਣੇ